ਆਦਮੀ ਪਾਰਟੀ 'ਚ ਸ਼ਾਮਿਲ ਕਰਨ ਵਾਲੇ ਨਵਜੋਤ ਸਿੱਧੂ ਦੀਆਂ ਬਹੁਤ ਸਾਰੀਆਂ ਅਫਵਾਹਾਂ ਉੱਡ ਰਹੀਆਂ ਹਨ। ਇਸ ਵਿਚਾਲੇ ਆਪ ਦੇ ਨਵੇਂ ਬਣੇ ਇੰਚਾਰਜ ਜਰਨੈਲ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਉਹਨਾਂ ਸਿੱਧੂ ਬਾਰੇ ਬੋਲਦਿਆਂ ਆਖਿਆ ਹੈ ਕਿ ਸਹੀ ਸਮਾਂ ਆਉਣ 'ਤੇ ਸਭ ਕੁਝ ਦੱਸਿਆ ਜਾਵੇਗਾ। ਇੱਥੇ ਭਗਵੰਤ ਮਾਨ ਵੀ ਮੀਡੀਆ ਨਾਲ ਗੱਲ ਕਰ ਰਹੇ ਸਨ। ਸਾਹਮਣੇ ਮਿਲ ਕੇ ਪੰਜਾਬ ਦੀ ਭਲਾਈ ਵਾਸਤੇ ਅਰਦਾਸ ਕੀਤੀ ਹੈ। ਨਵਜੋਤ ਸਿੱਧ ਨਾਲ ਲੈਂਦਾ ਜਾਏਗਾ, ਟਾਈਮ ਆਏਗਾ ਸਾਰੀ ਚੀਜ਼ਾਂ ਦੱਸਾਂਗੇ। ਅਜੇ ਸ਼ੁਕਰਾਨਾ ਕਰਨ ਆਏ ਹਾਂ, ਕੋਸ਼ਿਸ਼ਾਂ ਹੋ ਰਹੀਆਂ ਨੇ, ਸ਼ੁਕਰਾਨਾ ਕਰਨ ਆਇਆ। ਤੇ ਆਪਾਂ ਪਹਿਲਾਂ ਵੀ ਕਿਹਾ ਵੀ ਜੋ ਵੀ ਪੰਜਾਬ ਦੀ ਭਲਾਈ ਵਾਸਤੇ ਸਾਡੇ ਨਾਲ ਆਉਣਾ ਚਾਹੁੰਦਾ ਉਹਦਾ ਸਭ ਦਾ 2022 ਦੀਆਂ ਤਿਆਰੀਆਂ ਦੀ ਵੀ ਅਰਦਾਸ ਕੀਤੀ ਗਈ ਜੀ। ਬਿਲਕੁਲ, ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਤੇ ਸਭ ਕੁਝ ਵਿੱਚ ਆ ਜਾਂਦਾ ਜੀ। ਬਿਲਕੁਲ ਜੀ, ਅੱਜ ਮੈਂ ਵੀ ਜਿੱਤਣ ਤੋਂ ਬਾਅਦ, ਦਿੱਲੀ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਏ ਹਾਂ, ਜਰਨੈਲ ਜੀ ਵੀ ਪਹਿਲੀ ਵਾਰ ਆਏ ਨੇ ਔਰ ਪੰਜਾਬ ਦੇ ਪ੍ਰਭਾਰੀ ਨੇ, ਔਰ ਅਸੀਂ ਅੱਜ ਦਰਬਾਰ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਦੁਰਗਿਆਨਾ ਮੰਦਰ ਜਾਵਾਂਗੇ ਔਰ ਉਸ ਤੋਂ ਬਾਅਦ ਖਟਕੜ ਕਲਾਂ ਵੀ ਮੱਥਾ ਟੇਕਾਂਗੇ ਸ਼ਹੀਦਾਂ ਦੀ ਧਰਤੀ ਨੂੰ। ਅਤੇ ਕਿਉਂਕਿ ਪਾਰਟੀ ਸਾਡੀ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਸਾਡੇ CM ਸਾਹਿਬ ਦੀ ਸਪੀਚ ਸ਼ੁਰੂ ਹੁੰਦੀ ਹੈ, ਸੋ ਇਨਕਲਾਬ ਜਿਹੜਾ ਉਹ ਆਊਗਾ। ਦਿੱਲੀ 'ਚ ਤਾਂ ਆ ਗਿਆ ਅਤੇ ਹੁਣ ਪੂਰੇ ਦੇਸ਼ 'ਚ ਆਊਗਾ। ਪੰਜਾਬ ਵਿਧਾਨ ਸਭਾ 'ਚ ਵੀ ਇਸ ਵਾਰੀ ਦਿੱਲੀ ਮਾਡਲ ਬਹੁਤ ਗੂੰਜਿਆ ਜੀ, ਦਿੱਲੀ ਮਾਡਲ ਸੱਚਾ ਹੈ ਨਾ, ਫਿਰ ਤਾਂ ਗੂੰਜਿਆ ਜੀ, ਕਿਉਂਕਿ ਉੱਥੇ ਸਕੂਲ ਜਿੱਤੇ ਨੇ, ਉੱਥੇ ਮੁਹੱਲਾ ਕਲੀਨਿਕ ਜਿੱਤੇ ਨੇ, ਉੱਥੇ ਬਿਜਲੀ ਪਾਣੀ ਜਿੱਤੇ, ਉੱਥੇ CCTV ਕੈਮਰੇ ਜਿੱਤੇ ਨੇ, ਔਰਤਾਂ ਦੀ ਸੁਰੱਖਿਆ ਜਿੱਤੀ ਹੈ, ਉੱਥੇ ਧਰਮ ਕੈਪਟਨ ਅਮਰਿੰਦਰ ਸਿੰਘ 3 ਦਿਨਾਂ ਗਏ ਵਾਸਤੇ ਗਏ ਸੀ, ਇੱਕ ਦਿਨ 'ਚ ਹੀ ਵਾਪਸ ਆ ਗਏ।